ਲਾਂਤੀ ਆ ਮਾਰਤਾ ਨਾ ਗੱਡੀ ਤੋਂ ਇੰਜ ਚਲਾਉਣਾ ਜਿਵੇਂ ਬੁੜੀਆਂ ਜ਼ਬਾਨ ਚੱਲਦੀ ਆ ਹੁਣ ਇਸ ਜੰਗਲ 'ਚ ਇਹਦੇ ਕਿਹੜੇ ਰਿਸ਼ਤੇਦਾਰ ਨੂੰ ਤਲਾਕ ਕਰੀਏ ਉਹ ਬਕਵਾਸ ਨਾ ਕਰੋ ਬੱਬੂ ਇਹ ਤੇ ਹੁਣ ਮਰ ਗਏ ਹੁਣ ਅਸੀਂ ਕੀ ਕਰਾਂਗੇ ਇਹ ਤੇ ਤੈਨੂੰ ਅਗਲੇ ਜਹਾਨ 'ਚ ਜਾ ਕੇ ਪਤਾ ਲੱਗੂ ਬੱਚੋ ਉਹ ਜਿੱਦਾਂ ਦਾ ਪਿੰਡਾ ਮੈਂ ਭਾਈ ਸਮਝੇ ਅੱਗੇ ਜੰਪਾ ਪੀਣ ਨਾਲ ਡਗਾ ਦਿਆਂਗੇ ਚੱਲ ਖੈਰ ਆ ਮੈਨੂੰ ਕੀ ਪਤਾ ਸੀ ਇਹ ਭਾਈ ਹੁਣੀ ਅੱਗੇ ਸੌਦਾ ਲਾ ਕੇ ਬੈਠੇ ਆ ਚਲੋ ਕੋਈ ਨੀ ਹੁਣ ਕੋਈ ਨੀ ਹੁਣ ਤੂੰ ਆਪਣੇ ਫੁੱਫੜ ਨੂੰ ਤਾਂ ਸਾਲਿਆ ਕਤਲ ਕਰਤਾ ਨਾ ਉਹ ਵਿਚਾਰਾ ਘਰੋਂ ਪਤਾ ਨੀ ਦਹੀਂ ਲੈ ਨਿਕਲਿਆ ਸੀ ਪੱਪੂ ਹੁਣ ਕੀ ਕਰਨਾ ਵਾ ਤੂੰ ਸਕੂਨ ਕਰ ਹੁਣ ਇਹਨੇ 40 ਕੁ ਦਿਨ ਤੇਰੀਆਂ ਖਾਬਾਂ 'ਚ ਆ ਕੇ ਤੇਰੀਆਂ ਚੀਕਾਂ ਮਰਵਾਉਣੀਆਂ ਈ ਚੱਲ ਯਾਰ ਵੇਖ ਲੈਣ ਤੇ ਸ਼ਾਇਦ ਜ਼ਿੰਦਾ ਹੀ ਹੋਵੇ ਉਹ ਮੈਂ ਕਿਹਾ ਜੀ ਆਪਣਾ ਬਜ਼ੁਰਗੋ ਲੈ ਬਜ਼ੁਰਗੋ ਚੰਗਾ ਇਹਤਰਾਮ ਕੀਤਾ ਬਜ਼ੁਰਗਾਂ ਦਾ ਲੰਮੇ ਹੀ ਲੰਮੇ ਪਾਤੇ ਨੇ ਬਜ਼ੁਰਗ ਉਹ ਬਕਵਾਸ ਨਾ ਕਰ ਉਹ ਬੜਾ ਭਾਰਾ ਹੀ ਓਏ ਇਹਨੂੰ ਇੱਥੇ ਲੈ ਕੇ ਬਹਿ ਤੇਰੇ ਘਰਦਿਆਂ ਨੂੰ ਵੀ ਪਤਾ ਲੱਗੇ ਵੀ ਤੂੰ ਦਾਦਾ ਅਬੂ ਲੱਭ ਲੈਣੇ ਨਾਲ ਹੋ ਜਰਾ ਦਾਦਾ ਅਬੂ ਉਹ ਚੁੱਕ ਨੂੰ ਇੱਕ ਹੋ ਜਾ ਇੱਕ ਮਿੰਟ ਕਿਆ ਸੀਨ ਹੈ ਕਿੱਥੇ ਜੀ ਇਹਦਾ ਤੂੰ ਕਿਸੇ ਤਰੀਕੇ ਨਾਲ ਮੂੰਹ ਤਾਂ ਕਰਕੇ ਰੱਖੇ ਨਾ ਤੇ ਅੱਖਾਂ ਤੇ ਐਨਕ ਲੱਗੇ ਤੂੰ ਚਾਹੁੰਦਾ ਕੀ ਹੈ ਦੱਸ ਦਾਂ ਹੁਣ ਲੱਗਾ ਹੀ ਕੁੱਤਾ ਆਪਣੇ ਡੈਡੀ ਕੇ ਸਾਥ ਔਰ ਸਾਲਾ ਤਸਵੀਰ ਖਿੱਚ ਰਹਾ ਖੈਰ ਜਾ ਇਹਨੂੰ ਹੁਣ ਖੜਾ ਕਰਦੇ ਆ ਤੂੰ ਵੀ ਸਾਡੀ ਇੱਕ ਫੋਟੋ ਖਿੱਚ ਆਇਆ ਫਿਰ ਉਹ ਜਾਣਦੇ ਬੈਠਿਆ ਹੁਣ ਜੇ ਉਹ ਨਹੀਂ ਮਰਿਆ ਤੇ ਤੂੰ ਉਹਨੂੰ ਮਾਰ ਕੇ ਛੱਡਣਾ ਓਏ ਉਹ ਤੱਕਿਆ ਹੋਇਆ ਮੇਰੇ ਨਾਲ ਤਸਵੀਰ ਖਿਚਾਉਣ ਲਈ ਤੂੰ ਤਸਵੀਰ ਖਿੱਚ ਓਹੋ ਵੇਖ ਲੱਗਦਾ ਨੀ ਨਵਾਬ ਆਪਣੇ ਸ਼ੇਰ ਕੇ ਸਾਥ ਉਹ ਨਵਾਬ ਨੂੰ ਤੇ ਲਾ ਲਾ ਉਹ ਭਾਈ ਸ਼ੇਰ ਬਣ ਕੀ ਹੋ ਗਿਆ ਈ ਏ ਲੈ ਖਿੱਚ ਚੱਲ ਪੈ ਲੈ ਤੂੰ ਜ਼ਰਾ ਬਜ਼ੁਰਗਾਂ ਨੂੰ ਸਹਾਰਾ ਦੇ ਓਹੋ ਓਏ ਉਹ ਭਾਈ ਕੁਛ ਨਾ ਲਿਆਈ ਖਾਣ ਪੀਣ ਨੂੰ ਅਸੀਂ ਨੀ ਖਾਣਾ ਕੁਛ ਅਸੀਂ ਦੋਵੇਂ ਤੈਨੂੰ ਬਸ ਮਿਲਣ ਹੀ ਆਏ ਆ ਤੂੰ ਤੇ ਕੱਲਫ ਚ ਹੀ ਪੈ ਗਿਆ ਉੱਠ ਪਿਆ ਕੀ ਉਹ ਦੱਸ ਹੈ ਉਹਨੂੰ ਦੱਸ ਲਓ ਬਜ਼ੁਰਗੋ ਫਿਰ ਇੱਕ ਤਸਵੀਰ ਹੋਰ ਹੋ ਜਾਵੇ ਐਕਸ਼ਨ ਦਿਓ ਜ਼ਰਾ ਆਏ ਹਾਏ ਕਿਆ ਬਾਤ ਹੈ ਖਿੱਚ ਹੁਣ ਪਿਓ ਦਾ ਫੋਟੋ ਓਏ ਹੋਏ ਹੋਏ ਮੇਰਾ ਸੋਹਣਾ ਜੋਗਿੰਗ ਤੋਂ ਆਇਆ ਹੋਰ ਉਹ ਬੱਕਰ ਮੰਡੀਓ ਆਇਆ ਓਏ ਹੋਏ 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 ਅੱਛਾ ਜੀ ਜਾਲੇ ਲਾਉਣ ਲੱਗੇ ਜੇ ਨਹੀਂ ਬਜ਼ੁਰਗ ਦੰਦ ਕੱਢਣ ਲੱਗੇ ਸੀ